ਸੰਗਤ ਜੀ ਜਿੱਥੇ ਬੀਜੇਪੀ ਵੱਲੋਂ ਵੀ ਹੁਣ ਇੱਥੇ ਪ੍ਰੋਟੈਸਟ ਕੀਤਾ ਜਾ ਰਿਹਾ ਹੈਗਾ ਪਾਕਿਸਤਾਨ ਦੇ ਵਿੱਚ ਜੋ ਨਨਕਾਣਾ ਸਾਹਿਬ ਤੇ ਹਮਲਾ ਕੀਤਾ ਗਿਆ ਕਾਂਗਰਸ ਵੱਲੋਂ ਅਕਾਲੀ ਦਲ ਵੱਲੋਂ ਦਿੱਲੀ ਕਮੇਟੀ ਵੱਲੋਂ ਪ੍ਰੋਟੈਸਟ ਹੋਇਆ ਬੀਜੇਪੀ ਵੱਲੋਂ ਇੱਥੇ ਜੋ ਸਿੱਖ ਸੈਲ ਵੱਲੋਂ ਇੱਥੇ ਪ੍ਰੋਟੈਸਟ ਕੀਤਾ ਜਾ ਰਿਹਾ ਹੈਗਾ ਪਾਕਿਸਤਾਨ ਹਾਈ ਕਮਿਸ਼ਨ ਵੱਲ ਪਹੁੰਚ ਕੀਤੀ ਜਾ ਰਹੀ ਹੈਗੀ ਆ ਇਹਨਾਂ ਵੱਲ ਚੱਲਦੇ ਹਾਂ ਸਾਡੇ ਨਾਲ ਕੁਲਦੀਪ ਸਿੰਘ ਜੀ ਇੱਥੇ ਮੌਜੂਦ ਨੇ ਜੋ ਕਿ ਬੀਜੇਪੀ ਸਿੱਖ ਸੈਲ ਦੇ ਪ੍ਰੈਜ਼ੀਡੈਂਟ ਨੇ ਸਕਦੇ ਹੋ ਕਿ ਇੱਥੇ ਪ੍ਰੋਟੈਸਟ ਲਗਾਤਾਰ ਕੀਤਾ ਜਾ ਰਿਹਾ ਹੈਗਾ ਭੀੜ ਨੂੰ ਇੱਥੇ ਖਦੇੜਿਆ ਜਾ ਰਿਹਾ ਹੈਗਾ ਲਗਾਤਾਰ ਪਾਕਿਸਤਾਨ ਹਾਈ ਕਮਿਸ਼ਨ ਵੱਲ ਜੋ ਕਿ ਲੋਕ ਇੱਥੇ ਵੱਧਦੇ ਪਏ ਨੇ ਅੱਗੇ ਉਹਨਾਂ ਨੂੰ ਵਧਣ ਤੋਂ ਜਿਹੜਾ ਹੈਗਾ ਇੱਥੇ ਰੋਕਿਆ ਜਾ ਰਿਹਾ ਹੈਗਾ ਨਾਲ ਗੱਲ ਕਰਦੇ ਹਾਂ ਆਪ ਜੀ ਦਾ ਨਾਮ ਜੀ ਮਨਪ੍ਰੀਤ ਸਿੰਘ ਹੰਸਪਾਲ ਹਾਂਜੀ ਕੀ ਕਹਿਣਾ ਚਾਹੋਗੇ ਇਹ ਜੋ ਅੱਜ ਪ੍ਰੋਟੈਸਟ ਕਰ ਰਹੇ ਹੋ ਇਸ ਬਾਰੇ ਕੀ ਸਰ ਇਹ ਪ੍ਰੋਟੈਸਟ ਸਾਡੇ ਸਿੱਖ ਧਰਮ ਤੇ ਜੋ ਅਟੈਕ ਹੋਇਆ ਹੈ ਸਾਡਾ ਸਿੱਖ ਸੰਸਾਰ ਦੇ ਹਰ ਕੋਨੇ ਦੇ ਉੱਤੇ ਹੈਗਾ ਹੈ ਅਸੀਂ ਚਾਹੁੰਦੇ ਹਾਂ ਕਿ ਜਿਹੜੀ ਪਾਕਿਸਤਾਨ 'ਚ ਘਟਨਾ ਹੋਈ ਹੈ ਉਹ ਬੜੀ ਸ਼ਰਮਨਾਕ ਹੈ ਔਰ ਇੱਦਾਂ ਦੀ ਘਟਨਾ ਨਹੀਂ ਹੋਣੀ ਚਾਹੀਦੀ ਕਿਉਂਕਿ ਅਗਰ ਉੱਥੇ ਦੀ ਸਰਕਾਰ ਮਾਈਨੋਰਟੀ ਨੂੰ ਸੁਰੱਖਿਆ ਨਹੀਂ ਦੇ ਸਕਦੀ ਧਾਰਮਿਕ ਸਥਲਾਂ ਨੂੰ ਸੁਰੱਖਿਆ ਨਹੀਂ ਦੇ ਸਕਦੀ ਤਾਂ ਉਸ ਸਰਕਾਰ ਨੂੰ ਉੱਥੋਂ ਦੀ ਹਟ ਜਾਣਾ ਚਾਹੀਦਾ ਹੈ ਇਹ ਸਾਡੀ ਡਿਮਾਂਡ ਹੈ ਸਿੱਖਾਂ ਦੀ ਸਿਕਿਉਰਿਟੀ ਦੇ ਇਸ਼ੂਜ਼ ਆ ਰਹੇ ਸਰ ਉਹਦੇ ਵਾਸਤੇ ਅਕਾਲ ਤਖਤ ਸਾਹਿਬ ਭਾਰਤੀ ਜਨਤਾ ਪਾਰਟੀ ਔਰ ਹਰ ਸਿੱਖ ਵਚਨਬੰਦ ਹੈ ਅਸੀਂ ਉਹਨਾਂ ਨਾਲ ਹਰ ਜਗ੍ਹਾ ਤੇ ਮੁੜਨਾ ਮੋਢਾ ਲਾ ਕੇ ਲੜਨ ਨੂੰ ਤਿਆਰ ਹੈ ਪਾਕਿਸਤਾਨ ਦੀ
पाकिस्तान की ईंट से ईंट बजा देंगे, वो हमारे गुरुद्वारे को हाथ तक नहीं लगा सकते, चीर रख देंगे। नाम चेंज करने की बात कर रहे हैं, वो हमारा नाम ईंट का जवाब पत्थर से देंगे, हम ईंट का जवाब पत्थर से देंगे। पाकिस्तान मुर्दाबाद, पाकिस्तान मुर्दाबाद, पाकिस्तान मुर्दाबाद, पाकिस्तान मुर्दाबाद, इमरान खान। असली पाकिस्तान नाम हिंदुस्तान रख दे, पाकिस्तान का नाम हिंदू आ रहे हैं, पाकिस्तान का प्योर हिंदुस्तान है, पाकिस्तान को पंजाब में दिए, इमरान खान जगह वो इंडिया की जगह। इमरान खान देख सकते हो लगातार प्रोटेस्ट किए जा रहे हैं, इतने लगातार इतने लोग मौजूद ने। साडे नाल कुलदीप, कुलदीप सिंह जी साडे नाल मुजीर ने की कहना चाहोगे जी? कुलदीप सिंह जी इतने मौजूद ने साडे नाल, की कहना चाहोगे? जिस तरह कल आक्रमण होया ਗੁਰਦੁਆਰਿਆਂ ਦੇ ਉੱਤੇ, ਨਾਨਕਾਣਾ ਸਾਹਿਬ ਤੁਹਾਡਾ ਸਭ ਤੋਂ ਵੱਡਾ ਗੁਰਦੁਆਰਾ ਹੈ ਵਿਸ਼ਵ ਦੇ ਅੰਦਰ, ਉਹਦੇ ਉੱਤੇ ਜਿਸ ਪ੍ਰਕਾਰ ਕੱਲ੍ਹ ਮੁਸਲਮਾਨਾਂ ਨੇ ਉਹਦਾ ਘਿਰਾਓ ਕਰਕੇ ਪੱਥਰਬਾਜ਼ੀ ਕੀਤੀ ਹੈ, ਉਹਦੀ ਅਸੀਂ ਕੜੀ ਪ੍ਰਸ਼ੰਸਾ ਕਰਦੇ ਹਾਂ। ਔਰ ਇਮਰਾਨ ਖਾਨ ਨੂੰ ਕਹਿੰਦੇ ਹਾਂ ਕਿ ਇਹ ਸਿੱਖਾਂ ਦੇ ਗੁਰਦੁਆਰਿਆਂ ਦੀ ਰੱਖਿਆ ਕਰ, ਉੱਥੋਂ ਦੇ ਰਹਿਣ ਵਾਲੇ ਸਿੱਖਾਂ ਦੀ ਰੱਖਿਆ ਕਰ, ਨਹੀਂ ਤਾਂ ਤੇਰੀ ਇੱਟ ਦਾ ਇੱਟ ਹੋ ਜਾ ਕੇ ਰੱਖ ਦਾਂਗੇ। ਸਿੱਖਾਂ ਦਾ ਇਤਿਹਾਸ ਹੈ ਕਿ ਸਿੱਖਾਂ ਨਾਲ ਜਿਹਨੇ ਪੰਗਾ ਲਿਆ ਉਹ ਮਿੱਟੀ 'ਚ ਮਿਲ ਗਿਆ। ਇਮਰਾਨ ਖਾਨ ਜਾਂ ਤਾਂ ਸੁਰੱਖਿਆ ਕਰੇ ਔਰ ਤੁਹਾਡੇ ਗੁਰਦੁਆਰਿਆਂ ਨੂੰ ਸੇਫ ਕਰੇ, ਨਹੀਂ ਤੇ ਪੂਰੀ ਸਿੱਖ ਕਮਿਊਨਿਟੀ ਵਰਲਡ ਦੀ ਉਹਨੂੰ ਮਿੱਟੀ ਚ ਮਿਲਾ ਦੇ। ਮੁਰਦਾਬਾਦ, ਮੁਰਦਾਬਾਦ। ਦੇਖ ਰਹੇ ਲਗਾਤਾਰ ਇੱਥੇ ਲੋਕ ਮੌਜੂਦ ਨੇ, ਆਪ ਜੀ ਕੀ ਕਹਿਣਾ ਚਾਹੋਗੇ ਜੀ? ਮੈਂ ਇਹ ਕਹਿਣਾ ਚਾਹਾਂਗਾ, ਇਹ ਜਿਹੜਾ ਕੱਲ ਕੰਮ ਹੋਇਆ ਹੈ ਪਾਕਿਸਤਾਨ ਦੇ ਨਨਕਾਣਾ ਸਾਹਿਬ ਜਿਹੜਾ ਹਮਲਾ ਹੋਇਆ ਹੈ, ਇਹਦੀ ਅਸੀਂ ਬਹੁਤ ਨਿੰਦਾ ਕਰਦੇ ਹਾਂ। ਇਮਰਾਨ ਖਾਨ ਨੂੰ ਵੱਧ ਤੋਂ ਵੱਧ ਸਟੈਪ ਚੁੱਕਣਾ ਚਾਹੀਦਾ ਹੈ, ਜਿਹੜੇ ਕਲਪਿਟ ਹੈਗੇ ਆ ਉਹਨਾਂ ਨੂੰ ਪਕੜਨਾ ਚਾਹੀਦਾ ਹੈ, ਜਿਹੜਾ ਵੀ ਦੋਸ਼ ਸੋਲਵ ਕਰਨਾ ਚਾਹੀਦਾ ਮੁੱਦੇ ਨੂੰ। ਦੇਖ ਸਕਦੇ ਹੋ ਕਿ ਆਰ ਪੀ ਸਿੰਘ ਜੀ ਜੋ ਕਿ ਨੇ ਉਹ ਇਸ ਟਾਈਮ ਜੋ ਕਿ ਬੈਰੀਕੇਡ ਕ੍ਰੋਸ ਕਰਦੇ ਹੋਏ ਜਾ ਰਹੇ ਨੇ, ਉਹ ਬੈਰੀਕੇਡ ਕ੍ਰੋਸ ਕਰ ਰਹੇ ਨੇ, ਪੁਲਿਸ ਵੱਲੋਂ ਕਾਫੀ ਉਹਨਾਂ ਨੂੰ ਰੋਕਿਆ ਜਾ ਰਿਹਾ, ਪਰ ਫਿਰ ਵੀ ਉਹ ਬੈਰੀਕੇਡ ਇੱਥੇ ਕ੍ਰੋਸ ਕਰਦੇ ਪਏ ਨੇ। ਉਹਨਾਂ ਦੇ ਨਾਲ ਗੱਲ ਕਰਨ ਦੀ ਅਸੀਂ ਕੋਸ਼ਿਸ਼ ਕਰਾਂਗੇ। ਕਈ ਲੋਕਾਂ ਨੂੰ ਜੋ ਕਿ ਪੁਲਿਸ ਨੇ ਹਿਰਾਸਤ ਦੇ ਵਿੱਚ ਵੀ ਲਿਆ ਹੈ, ਤੁਸੀਂ ਦੇਖ ਸਕਦੇ ਹੋ ਕਈ ਲੋਕਾਂ ਨੂੰ ਹਿਰਾਸਤ ਦੇ ਵਿੱਚ ਲਿਆ ਜਾ ਰਿਹਾ। ਸੰਗਤ ਜੀ, ਤੇਂਦਰ ਬੱਗਾ ਜੀ ਕੀ ਕਹਿਣਾ ਚਾਹੋਗੇ ਜੀ? ਦੇਖੋ ਜਿਸ ਤਰੀਕੇ ਦੇ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਤੇ ਹਮਲਾ ਹੋਇਆ, ਅਸੀਂ ਬਰਦਾਸ਼ਤ ਨਹੀਂ ਕਰਾਂਗੇ ਔਰ ਤਦ ਤੱਕ ਪ੍ਰਦਰਸ਼ਨ ਕਰਾਂਗੇ ਜਦੋਂ ਤੱਕ ਉਹਨਾਂ ਨੂੰ ਜੇਲ੍ਹ ਵਿੱਚ ਨਹੀਂ ਭੇਜਿਆ ਜਾਂਦਾ। ਸਾਡਾ ਪ੍ਰਦਰਸ਼ਨ ਤਦ ਤੱਕ ਜਾਰੀ ਰਹੇਗਾ ਜਦ ਤੱਕ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਨੂੰ ਅਪਮਾਨ ਕਰਨ ਵਾਲਿਆਂ ਨੂੰ ਜੇਲ੍ਹ ਦੇ ਅੰਦਰ ਨਹੀਂ ਭੇਜਿਆ ਜਾਂਦਾ, ਉਹਨਾਂ ਨੂੰ ਸਜ਼ਾ ਨਹੀਂ ਹੁੰਦੀ। ਅੰਗੂਠੇ ਜੇਬ ਨਹੀਂ ਛੂ ਸਕਦੇ ਗੁਰਦੁਆਰੇ ਨੂੰ। ਇਹ ਸਿੱਖਾਂ ਦਾ ਗੁਰਦੁਆਰਾ ਹੈ ਔਰ ਸਿੱਖ ਕਮਿਊਨਿਟੀ ਨਾਲ ਜਿਹੜਾ ਟਕਰਾਇਆ ਅੱਜ ਤੱਕ ਉਹ ਇਤਿਹਾਸ ਹੈ, ਉਹ ਮਿੱਟੀ 'ਚ ਮਿਲ ਗਿਆ। ਅਰੈਸਟ ਨਹੀਂ ਹੋਈ, ਇੱਕ ਵੀ ਅਰੈਸਟ ਨਹੀਂ ਹੋਈ। ਮੈਂ ਕਹਿੰਦਾ ਕਿ ਪਾਕਿਸਤਾਨ ਦੀ ਸਰਕਾਰ ਖੁਦ ਉਹਨਾਂ ਨੂੰ ਮਿਲੀ ਹੋਈ ਹੈ, ਪਾਕਿਸਤਾਨ ਦੀ ਸਰਕਾਰ ਖੁਦ ਸ਼ਾਮਿਲ ਹੈ, ਪਾਕਿਸਤਾਨ ਦੀ ਮਿਲੀ ਭਗਤ ਹੈ। ਅਗਰ ਪਾਕਿਸਤਾਨ ਸਰਕਾਰ ਦੀ ਮਿਲੀ ਭਗਤ ਨਾ ਹੋਵੇ ਤਾਂ ਇਤਨਾ ਇਤਿਹਾਸਿਕ ਗੁਰਦੁਆਰਾ ਉਸਦਾ ਕੋਈ ਘਿਰਾਉ ਕਰ ਸਕਦਾ ਹੈ, ਉਸ 'ਤੇ ਕੋਈ ਪੱਥਰਬਾਜ਼ੀ ਕਰ ਸਕਦਾ ਹੈ ਔਰ ਇਤਨੀ ਹਿੰਮਤ ਕਰ ਸਕਦਾ ਹੈ ਕਿ ਉਸਦਾ ਨਾਮ ਬਦਲ ਦੇਗਾ? ਐਸਾ ਸੰਸਾਰ ਮੇਂ ਕੋਈ ਪੈਦਾ ਨਹੀਂ ਹੁਆ ਜੋ ਨਨਕਾਣਾ ਸਾਹਿਬ ਕਾ ਨਾਮ ਬਦਲ ਦੇ। ਅਰੈਸਟ ਕੀਤਾ ਗਿਆ ਤੁਹਾਨੂੰ? ਦੇਖੋ ਸਾਡੀ ਅਰੈਸਟ ਵੀ ਜਾਰੀ ਰਹੇਗੀ, ਸਾਡਾ ਪ੍ਰੋਟੈਸਟ ਵੀ ਜਾਰੀ ਰਹੇਗਾ ਜਦ ਤੱਕ ਪਾਕਿਸਤਾਨ ਹਾਈ ਕਮਿਸ਼ਨ ਸਾਨੂੰ ਠੀਕ ਉਹਦਾ ਜਵਾਬ ਦਿੰਦੀ ਨਹੀਂ। ਜਦ ਤੱਕ ਇਮਰਾਨ ਖਾਨ ਦੇ ਇੱਥੇ ਜਿਹੜਾ ਨਾ ਇਨਸਾਫੀ ਕੱਲ੍ਹ ਉੱਥੇ ਪੱਥਰ ਮਾਰੇ ਗਏ, ਉੱਥੇ ਗੋਲੀਆਂ ਚਲਾਈਆਂ ਗਈਆਂ, ਉੱਥੇ ਜਦ ਤੱਕ ਠੀਕ ਇਨਸਾਫ ਮਿਲੇਗਾ ਨਹੀਂ, ਸਾਡਾ ਪ੍ਰੋਟੈਸਟ ਜਾਰੀ ਰਹੇਗਾ, ਸਾਡੀ ਅਰੈਸਟ ਵੀ ਜਾਰੀ ਰਹੇਗੀ। ਸਰ ਇਹ ਗ੍ਰਿਫਤਾਰੀ ਕੁਛ ਵੀ ਨਹੀਂ ਹੈ, ਅਸੀਂ ਆਪਣਾ ਸਰ ਕਲਮ ਨੂੰ ਕਰਾਉਣ ਨੂੰ ਤਿਆਰ ਹੈਗੇ ਹਾਂ। ਸਾਡੇ ਗੁਰੂ ਮਹਾਰਾਜ ਦੇ ਜਨਮ ਸਥਾਨ ਨਨਕਾਣਾ ਸਾਹਿਬ ਦੇ ਉੱਤੇ ਕੋਈ ਗਲਤ ਗੱਲ ਬੋਲੇਗਾ ਸਿੱਖ ਕੌਮ ਬਰਦਾਸ਼ਤ ਨਹੀਂ ਕਰੇਗੀ। ਅਸੀਂ ਕੇਜਰੀਵਾਲ ਨੂੰ, ਅਸੀਂ ਕਾਂਗਰਸ ਨੂੰ, ਅੱਜ ਉਹਨਾਂ ਨੇ ਕੋਈ ਅੱਗੇ ਆ ਕੇ ਪ੍ਰੋਟੈਸਟ ਨਹੀਂ ਕੀਤਾ, ਇੰਨਾ ਵੱਡਾ ਕੰਮ ਹੋ ਗਿਆ, ਸੀਏ ਦਾ ਵਿਰੋਧ ਕਰਦੇ ਨੇ, ਇਸੀ ਕਰਕੇ ਸੀਏ ਮੋਦੀ ਜੀ ਲੈ ਕੇ ਆਏ ਨੇ। ਤੇਰੀ ਮਾਨੋਰਟੀ ਨਾਲ ਅਤਿਆਚਾਰ ਹੋ ਰਿਹਾ ਪਾਕਿਸਤਾਨ ਦੇ ਅੰਦਰ, ਉਹਨਾਂ ਨੂੰ ਇਨਸਾਫ ਦਵਾਉਣ ਵਾਸਤੇ ਅਸੀਂ ਮੋਦੀ ਦੇ ਨਾਲ ਆ ਇਸ ਗੱਲ ਦੇ ਉੱਤੇ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ, ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਬੋਲੇ।